ਸਤਿ ਅਕਾਲ ਜੀ, ਮੈਂ ਸਮਾਜ ਸੇਵੀ ਰਾਹੁਲ। ਕਿਆ ਪ੍ਰੋਬਲਮ ਜੀ ਤੁਹਾਨੂੰ? ਸਾਨੂੰ ਪ੍ਰੋਬਲਮ ਇਹ ਹੈ ਜੀ, ਅਸੀਂ ਉਰੇ ਸ਼ਾਂਤੀ ਨਗਰ ਦੇ ਅੰਦਰ ਹੀ ਰਹਿੰਦੇ ਹਾਂ। ਇੱਥੇ ਸਭ ਤੋਂ ਜ਼ਿਆਦਾ ਇਹ ਹੈ ਕਿ ਜਦੀ ਆ ਪਾਰਕਿੰਗ ਬਣੀ ਆ ਉਰੇ, ਨਾ ਪਾਰਕਿੰਗ ਅੰਦਰ ਕੋਈ ਸਫਾਈ ਹੁੰਦੀ ਹੈ, ਔਰ ਜਿਹੜਾ ਕੂੜੇਦਾਨ ਹੈ ਇਹ ਕੂੜੇਦਾਨ ਦੇ ਆਲੇ ਦੁਆਲੇ ਬਾਹਰਲੀ ਸਾਈਡ ਸਾਰਾ ਗੰਦ ਬਹੁਤ ਪਿਆ ਹੁੰਦਾ। ਇੱਥੇ ਨਾ ਤਾਂ ਕੋਈ ਸਫਾਈ ਹੁੰਦੀ, ਜਦ ਤੱਕ ਅਸੀਂ ਅਫਸਰਾਂ ਨੂੰ ਨਾ ਕਹੀਏ, ਉਹਨਾਂ ਨੂੰ 10-10 ਫੋਨ ਕਰੀਏ, ਜਦ ਤੱਕ ਅਗਲੇ ਕੋਈ ਰਿਸਪੋਂਸ ਹੀ ਨਹੀਂ ਦਿੰਦੇ, ਅਫਸਰ ਫੋਨ ਨਹੀਂ ਚੱਕਦੇ ਸਾਡੇ, ਨਾ ਉਰੇ ਸਫਾਈ ਹੁੰਦੀ ਆ। ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਉਰੇ ਗੰਦਗੀ ਦਾ। ਤੇ ਦੂਜੀ ਸਾਈਡ ਅਸੀਂ ਉਧਰੋਂ ਵੀ ਕਰਾਇਆ ਸੀ ਸਾਫ, ਉਧਰ ਫੇਰ ਦੁਬਾਰਾ ਗੰਦ ਪਾ ਦਿੱਤਾ ਲੋਕਾਂ ਨੇ। ਕੋਈ ਜੀ ਸਾਡੀ ਸੁਣਦੇ ਨਹੀਂ ਆ ਉਰੇ, ਨਾ ਉਰੇ ਸਫਾਈ ਹੁੰਦੀ। ਸਾਡੀ ਇਹੀ ਬੇਨਤੀ ਆ ਕਿ ਉਰੇ ਸਫਾਈ ਹੋਵੇ, ਸਾਰੇ ਆਲੇ ਦੁਆਲੇ ਸਾਰੇ ਜਿਹੜਾ ਗੰਦ ਕਿੱਥੇ ਗੰਦ ਹੈ, ਬਦਬੂ ਆਉਂਦੀ ਆ ਉਹਨੂੰ ਘਰਾਂ ਚ ਵਿੱਚ? ਸਭ ਤੋਂ ਜ਼ਿਆਦਾ ਬਦਬੂ ਆਉਂਦੀ ਹੈ ਜੀ ਸਾਡੇ ਫਰੰਟ ਵਾਲੇ ਘਰਾਂ 'ਚ। ਇੱਥੇ ਇੰਨੀ ਗੰਦਗੀ ਪਈ ਹੁੰਦੀ ਹੈ ਜੀ, ਸਫਾਈ ਨਹੀਂ ਕਰਦੇ ਹੈਗੇ। ਗੰਦ ਤੁਹਾਨੂੰ ਦਿਖਾਈਏ ਤਾਂ ਅਸੀਂ ਹੁਣੀ ਇੱਧਰੋਂ ਅਸੀਂ ਹੁਣੀ ਚੁਕਾਇਆ ਸੀ, ਹੁਣੀ ਫਿਰ ਗੰਦ ਪੈ ਗਿਆ ਉੱਥੇ। ਤਾਂ ਤੁਹਾਡੀ ਮੰਗ ਕੀ ਹੈ? ਸਾਡੀ ਮੰਗ ਇਹ ਹੈ ਜੀ ਕਿ ਉੱਥੇ ਉਰੇ ਜਾ ਤੋਂ ਸਫਾਈ ਦਾ ਧਿਆਨ ਰੱਖਿਆ ਜਾਵੇ। ਚੰਡੀਗੜ੍ਹ ਨੂੰ ਬਿਊਟੀਫੁਲ ਸਿਟੀ ਕਹਿੰਦੇ ਨੇ, ਪਰ ਇਹਨੂੰ ਬਿਊਟੀਫੁਲ ਬਣਾਇਆ ਜਾਵੇ ਇੱਕ ਵਾਰੀ। ਠੀਕ ਹੈ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ।